ਕੀ ਨਾਮ ਹੈ ਜੀ ਤੁਹਾਡਾ, ਕਿਹੜੇ ਪਿੰਡ ਤੇ ਰਹਿਣ ਵਾਲੇ ਹੋ ਜੀ? ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ, ਪਿੰਡ ਹੈਗਾ ਨਗਲ ਸਿੰਘਾਂ ਜੀ। ਜਿਹੜੀ ਘਟਨਾ ਵਾਪਰੀ ਹੈ ਜੀ, ਇੱਕ ਲੜਕੀ ਦੀ ਡੈਥ ਹੋਈ ਹੈ, ਕੀ ਹੈ ਸਾਰਾ ਮਾਮਲਾ ਜੀ? ਮਾਮਲਾ ਇਹ ਮੇਰੇ ਭਰਾ ਨੇ ਉਹਨੂੰ ਕੁਛ ਠੰਡੇ ਦੀ ਬੋਤਲ ਵਿੱਚ ਜ਼ਹਿਰ ਵਾਲੀ ਚੀਜ਼ ਮਿਲਾ ਕੇ ਪਿਲਾਤੀ ਜੀ। ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਮਰਿੰਡੇ ਲੈ ਗਏ ਜੀ, ਆਪਣਾ ਮਰਿੰਡੇ ਤੋਂ ਰੋਪੜ ਲੈ ਗਏ ਜੀ। ਰੋਪੜ ਤੋਂ ਬਾਅਦ ਉਹਨਾਂ ਨੇ 6 ਫੇਸ ਰੈਫਰ ਕਰਤੇ ਜੀ। ਮੁੰਡਾ 6 ਫੇਸ ਰੱਖ ਲਿਆ ਤਾ ਜੀ ਉਹਨਾਂ ਨੇ, ਅਤੇ ਕੁੜੀ ਭੇਜਤੀ ਤੀ ਉਹਨਾਂ ਨੇ 32 ਵਿੱਚ ਜੀ। 32 'ਚ ਜਾ ਕੇ ਉਹਨਾਂ ਦੀ ਰਾਤ ਨੂੰ 1 ਵਜੇ ਡੈਥ ਹੋ ਗਈ ਤੀ ਜੀ। ਕੁੜੀ ਦਾ ਕੀ ਨਾਮ ਹੈ ਜੀ, ਕਿੰਨੀ ਉਮਰ ਹੈ ਕੁੜੀ ਦੀ? ਖੁਸ਼ਪ੍ਰੀਤ ਨਾਮ ਹੈ ਕੁੜੀ ਦਾ ਜੀ, ਉਹਦੀ 12 ਸਾਲ ਦੀ ਉਮਰ ਹੈ ਜੀ। ਜਿਹੜੀ ਇਹ ਤੁਸੀਂ ਘਟਨਾ ਦੱਸਦੇ ਉਸ ਸਮੇਂ ਉਹਨਾਂ ਨੇ ਕੀ ਆਪ ਦਵਾਈ ਪੀਤੀ ਹੈ ਜਾਂ ਪਿਲਾਈ ਹੈ? ਕਿੰਨੇ ਕੁ ਕਿਹਨਾਂ ਨੂੰ ਪਿਲਾਈ ਹੈ ਜੀ? ਉਹਨਾਂ ਨੇ ਪਿਲਾਈ ਹੈ ਜੀ, ਧੱਕੇ ਨਾਲ ਆਪਣੇ ਨਿਆਣਿਆਂ ਨੂੰ ਦੋਨਾਂ ਨੂੰ ਪਿਲਾਈ ਹੈ। ਆਪਣੇ ਘਰ ਵਾਲੀ ਨੂੰ ਪਿਲਾਉਣ ਲੱਗਿਆ ਤਾਂ ਉਹਨੇ ਨਹੀਂ ਪੀਤੀ ਹੈਗੀ ਜੀ, ਉਹਦੇ ਨਾਲ ਕੁੱਟਮਾਰ ਕਰੀ ਹੈ। ਚੰਡੀਗੜ੍ਹ ਲੈ ਕੇ ਗਏ ਆ ਜੀ। ਉਸ ਤੋਂ ਬਾਅਦ 32 ਕੁੜੀ ਚਲੀ ਗਈ ਤੀ ਜੀ, ਖੁਸ਼ਪ੍ਰੀਤ ਜੀ, ਉਹਦੀ ਡੈਥ ਹੋ ਗਈ ਤੀ ਜੀ। ਲੜਕੇ ਦੀ ਹਾਲਤ ਕਿਵੇਂ ਹੈ? ਲੜਕੇ ਦੀ ਹਾਲਤ ਕੁਛ ਠੀਕ ਹੈ ਜੀ, ਹੁਣ ਤਾਂ ਕੁਛ ਠੀਕ ਹੈ ਜੀ, ਬਾਕੀ ਹਜੇ ਕੁਛ ਕਹਿ ਨਹੀਂ ਸਕਦੇ। ਤੁਹਾਡਾ ਭਰਾ ਜਿਹੜਾ ਉਹਨਾਂ ਦਾ ਬੱਚਿਆਂ ਦਾ ਪਿਤਾ ਹੈ, ਉਹ ਕਿੱਥੇ ਇਸ ਸਮੇਂ, ਉਹਦੀ ਹਾਲਤ ਕਿਵੇਂ ਹੈ? ਉਹ ਵੈਸੇ ਠੀਕ ਤਾਂ ਜੀ ਹੁਣ, ਔਰ ਸਾਜਰੇ ਉਹਨੂੰ ਪਤਾ ਲੱਗ ਗਿਆ ਤਾਂ ਉੱਥੇ ਜੀ, ਜਦੋਂ ਉੱਥੇ ਸਾਡੇ ਨਾਲ ਦੇ ਤੇ ਉਹ ਰੋਣ ਲੱਗ ਗਏ, ਉਹ ਤੇ ਫਰਾਰ ਹੋ ਗਿਆ ਤਾਂ ਉੱਥੋਂ ਜੀ। ਉਹ ਕਿੱਥੇ ਦਾਖਲ ਸੀ? ਉਹ ਵੀ 6 ਫੇਸ ਦਾਖਲ ਤੀ। 6 ਫੇਸ ਤੋਂ ਹਾਂ ਸਵੇਰੇ ਫਰਾਰ ਹੋ ਗਿਆ ਤਾਂ ਜੀ। ਜਿਹੜੀ ਗੁੱਡੀ ਡੈਥ ਹੋਈ ਹੈ ਖੁਸ਼ਪ੍ਰੀਤ ਕੌਰ, ਪੜ੍ਹਦੀ ਸੀ ਉਹ? ਹਾਂਜੀ, ਉਹ ਪੜ੍ਹਦੇ ਤੇ ਦੋਨੋਂ ਬੱਚੇ ਪੜ੍ਹਦੇ ਤੇ ਜੀ। ਕਿਹੜੀ ਕਲਾਸ ਪੜ੍ਹਦੀ ਸੀ? ਉਹ 6ਵੀਂ 'ਚ ਪੜ੍ਹਦੀ ਸੀ ਅਤੇ 6ਵੀਂ 'ਚ ਪੜ੍ਹਦੀ ਸੀ ਖੁਸ਼ਪ੍ਰੀਤ ਜੀ, ਅਤੇ ਜਿਹੜਾ ਬੇਟਾ ਤਾਂ ਉਹਨਾਂ ਦਾ ਉਹ ਸਰਕਾਰੀ ਸਕੂਲ ਆਪਣਾ ਸੌੜਾ ਵਿੱਚ ਪੜ੍ਹਦਾ ਤਾ ਜੀ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ Instagram ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ e-paper ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖਬਾਰ।